ਓਕੇ ਓਕੇ, ਬਸ ਮੈਂ ਰੈਡੀ ਹੋਣ ਲੱਗਿਆ ਬ੍ਰਦਰ। ਓਕੇ, ਮੈਂ ਰੋਟੀ ਲਿਆਦਾ ਤੁਹਾਡੇ ਲਈ। ਮੈਂ ਰੋਟੀ ਨਹੀਂ ਖਾਣੀ, ਮੈਂ ਪਾਰਟੀ 'ਤੇ ਚੱਲਿਆ। ਪਾਰਟੀ 'ਤੇ ਮੈਂ ਵੀ ਚੱਲਾਂ ਤੁਹਾਡੇ ਨਾਲ? ਹੋਰ ਨਾ ਕੁਛ, ਪਾਰਟੀ ਦੇ ਲਈ ਆ ਕੇ ਮੈਂ ਆਪਣੀ ਬੇਇੱਜ਼ਤੀ ਨਹੀਂ ਕਰਾਉਣੀ। ਜਦੋਂ ਤੂੰ ਮੇਰੇ ਨਾਲ ਖੜੀ ਹੁੰਦੀ ਨਾ, ਮੈਨੂੰ ਤਾਂ ਸ਼ਰਮ ਆਉਂਦੀ ਆ ਦੱਸਣ ਲੱਗਿਆ ਕਿ ਤੂੰ ਮੇਰੇ ਘਰ ਵਾਲੀ ਆ। ਆਪਦੀ ਸ਼ਕਲ ਦੇਖ ਲਾ, ਰੰਗ ਦੇਖ ਲਾ ਆਪਦਾ। ਮੰਮੀ ਆਪ ਤਾਂ ਰੱਬ ਕੋਲ ਵਗੀ, ਆ ਪਾ ਗਈ ਕਲੀ ਜੀ ਪੱਲੇ ਮੇਰੇ। ਪਾਰਟੀ 'ਤੇ ਜਾਣਾ ਇਹਨੇ, ਵਜਾ ਟਿੱਕੇ ਆ, ਨਾਲੇ ਮੇਰੇ ਕੱਪੜੇ ਕੱਢ ਦੇ, ਨਾਲੇ ਪੱਗ ਕੱਢ ਦੇ ਕੋਈ। ਕਿੱਥੇ ਪੱਲੇ ਪੈ ਗਈ ਕਲੋ ਜੀ, ਸਾਰਾ ਜ਼ਿੰਦਗੀ ਦਾ ਨਰਕੇ ਬਣ ਗਿਆ। ਉਹ ਪ੍ਰੈਸ ਮਾਰਦੀ ਇਹਨਾਂ 'ਤੇ ਸਾਫ ਜਿਹਾ ਹੱਥ ਕਰਕੇ। ਸੁਣੋ ਜੀ, ਘਰੇ ਰਾਸ਼ਨ ਖਤਮ ਹੋ ਗਿਆ, ਤੁਸੀਂ ਲੈ ਆਓਗੇ ਜਾ ਕੇ? ਉਹ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ। ਇੱਦਾਂ ਕਰਦਾ, ਤੈਨੂੰ ਬਾਜ਼ਾਰ 'ਚ ਡਰੋਪ ਕਰ ਦੂੰ, ਰਿਕਸ਼ਾ ਰੁਕਸ਼ਾ ਜਿਹਾ ਕਰਾ ਕੇ ਆ ਜੀ। ਚੰਗਾ, ਮੈਂ ਤਿਆਰ ਹੋ ਕੇ ਆਉਂਦੀ ਹਾਂ। ਤਿਆਰ ਨੂੰ ਤਾਂ ਇਹ ਕਰੀਏ ਜਿਵੇਂ ਲੁੱਕ ਚੇਂਜ ਹੋ ਜੂ, ਰਹਿਣਾ ਤਾਂ ਤੈਨੇ ਕਾਲੀ ਦੀ ਕਾਲੀ ਹੋਆ। ਉਹ ਜਾ ਵਗ ਜਾ ਅੰਦਰ ਛੇਤੀ, ਹੋਰ ਕਿੰਨਾ ਕੁ ਜਲੂਸ ਕਢਾਏਗੀ ਮੇਰਾ, ਕਿਵੇਂ ਦੇਖ ਰਹੇ ਨੇ ਆਲੇ ਦੁਆਲੇ ਲੋਕ। ਚੱਲਾਂਗੇ ਚਲੋ। ਕੀ ਹਾਲ ਆ ਬਾਈ? ਵਧੀਆ ਵੀਰੇ। ਆ ਕਿਹਨੂੰ ਬਿਠਾਈ ਫਿਰਦਾ ਮੋਟਰਸਾਈਕਲ ਤੇ? ਉਹ ਯਾਰ, ਇਹ ਤਾਂ ਮੇਰੇ ਘਰੇ ਕੰਮ ਕਰਦੀ ਆ, ਮੈਨੇ ਸੌਦਾ ਪੱਤਾ ਜਾ ਲੈ ਕੇ ਆਉਣਾ ਸੀ, ਮਹਾਂ ਤੂੰ ਹੀ ਲੈ ਲਾ। ਉਹ ਕਿੱਧਰ ਜਾ ਰਿਹਾ ਫਿਰ ਹੁਣ? ਮੈਂ ਤਾਂ ਪਟਿਆਲੇ ਚੱਲਿਆ ਬਾਈ। ਮੈਨੂੰ ਵੀ ਲੈ ਜਾ। ਆ ਜਾ ਬਾਈ, ਆ ਓਕੇ ਓਕੇ, ਚੱਲ ਆਪਾਂ ਸ਼ਾਮ ਨੂੰ ਗੱਲ ਕਰਦਾ ਜਸਮੀਨ। ਪਾਣੀ? ਓ ਯਾਰ, ਕੋਈ ਲੋੜ ਨਹੀਂ ਮੈਨੂੰ ਤੇਰੇ ਪਾਣੀ ਦੀ, ਨਾਲੇ ਗੱਲ ਸੁਣ ਲਾ ਮੇਰੀ ਕੰਨ ਖੋਲ੍ਹ ਕੇ। ਤੂੰ ਆਪਣੇ ਪੇਕਿਆਂ ਨੂੰ ਚਲੀ ਜਾ, ਆਪਣਾ ਕੋਈ ਫਿਊਚਰ ਨਹੀਂ ਹੈਗਾ, ਹੋਰ ਜਲੀਲ ਨਹੀਂ ਹੋ ਸਕਦਾ ਲੋਕਾਂ ਸਾਹਮਣੇ। ਮੈਂ ਸ਼ਰਮ ਆਉਣ ਲੱਗ ਗਈ ਮੈਨੂੰ ਤੇਰੇ ਨਾਲ, ਬਹੁਤ ਜਲੀਲ ਹੋ ਗਿਆ ਲੋਕਾਂ ਸਾਹਮਣੇ ਮੈਂ। ਇਹੀ ਚੰਗਾ ਕਿ ਆਪਾਂ ਇੱਕ ਦੂਜੇ ਤੋਂ ਡਿਵੋਰਸ ਲੈ ਲਈਏ। ਜਦੋਂ ਆਉਂਦੀ ਆ ਮੂਡ ਖਰਾਬ ਕਰਾ ਕੇ ਵਗ ਜੂ। ਸਾਰੀਆਂ ਗੱਲਾਂ ਛੱਡੋ, ਪਹਿਲਾਂ ਆ ਦੱਸੋ ਮੈਨੂੰ ਇੰਨੀ ਕਾਹਲੀ 'ਚ ਕਿਉਂ ਬੁਲਾਇਆ? ਓਏ ਗੱਲ ਏ ਇੱਦਾਂ ਦੀ ਅਮਨ, ਕੀ ਗੱਲ ਆ, ਦੱਸੋਗੇ ਵੀ? ਉਹ ਗੱਲ ਕੀ ਆ ਯਾਰ, ਬੇਬੇ ਬਾਪੂ ਨੂੰ ਤੇਰੀ ਫੋਟੋ ਦਿਖਾਈ ਤੀ, ਪਤਾ ਕੀ ਕਹਿੰਦੇ? ਕਹਿੰਦੇ ਕੁੜੀ ਤਾਂ ਬਾਲੀਓ ਸੋਹਣੀ ਆ, ਦੱਸੋ ਕਦੋਂ ਲੈ ਕੇ ਆਉਣੀ ਆ। ਯਾਰ ਬੇਬੇ ਬਾਪੂ ਮੰਨ ਗਏ। ਸੱਚੀ? ਇਹ ਤਾਂ ਬਾਲੀ ਖੁਸ਼ੀ ਵਾਲੀ ਗੱਲ ਆ। ਸੱਚੀ ਅੱਜ ਆਪਣੇ ਦੋਵਾਂ ਲਈ ਬਹੁਤ ਕਰਮਾਂ ਵਾਲਾ ਦਿਨ ਚੜਿਆ ਹੈ। ਸਹੀ ਗੱਲ ਕਹਿ ਰਹੀ ਅਮਨ ਤੂੰ, ਅੱਜ ਦੇ ਦਿਨ ਨਾਲ ਮੈਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਤੀ, ਸ਼ੁਕਰ ਆ ਸਾਰੇ ਮੰਨ ਗਏ। ਸਾਰੇ ਕਿੱਥੇ ਮੰਨੇ ਆ, ਹਜੇ ਮੈਂ ਆਪਣੇ ਘਰਦਿਆਂ ਨਾਲ ਗੱਲ ਕਰਨੀ ਆ।
ਉਹ ਯਾਰ ਇਹ 'ਚ ਕੀ ਵੱਡੀ ਗੱਲ ਆ, ਜਦੋਂ ਮੇਰੇ ਘਰ ਦੇ ਮੰਨਗੇ ਤੇਰੇ ਵੀ ਮੰਨ ਜਾਣਗੇ। ਜੇ ਕਹਿੰਦੀ ਆ ਭੇਜਾਂ ਬੇਬੇ ਬਾਪੂ ਨੂੰ, ਸੁੱਖ ਗੱਲ ਇਕੱਲੀ ਇਕੱਲੀ ਧੀ ਆਊਗੀ ਲਾਡਾਂ ਨਾਲ ਪਾਲੀ ਹੋਈ। ਠੀਕ ਆ, ਕਰ ਲਾਂਗੀ ਆਪਣੇ ਘਰ ਗੱਲ, ਪਰ ਪੇਪਰਾਂ ਤੋਂ ਬਾਅਦ। ਚੱਲ ਠੀਕ ਆ ਡਾ, ਆ ਦੱਸ ਕੇ ਖਾਏਂਗੀ ਕੀ? ਜੋ ਤੁਹਾਨੂੰ ਵਧੀਆ ਲੱਗੇ। ਚੱਲ ਠੀਕ ਆ। ਓਏ ਸਭ ਮੇਰੇ ਨਾਲ ਹੀ ਹੋਣਾ ਤੀ, ਰੱਬਾ ਤੇਰਾ ਕੀ ਮਾੜਾ ਕੀਤਾ ਮੈਂ ਜੋ ਤੂੰ ਮੇਰੀ ਅੱਖਾਂ ਦੀ ਰੋਸ਼ਨੀ ਖੋਲੀ। ਪ੍ਰੀਤ ਤੁਸੀਂ ਦਿਲ ਨਾ ਛੱਡੋ, ਮੈਂ ਹੈਗੀ ਹਾਂ ਤੁਹਾਡੇ ਨਾਲ। ਉਹ ਪਰ ਮੈਂ ਤੇਰਾ ਕੀ ਕਰਨਾ, ਤੂੰ ਇੱਦਾਂ ਕਰ ਆ ਮੇਰੇ ਫੋਨ 'ਚੋਂ ਜੈਸਮੀਨ ਦਾ ਨੰਬਰ ਮਿਲਾ। ਹੈਲੋ ਜੈਸਮੀਨ, ਕਿਵੇਂ ਆ ਤੂੰ? ਤੈਨੂੰ ਪਤਾ ਉਸ ਦਿਨ ਮੇਰੇ ਨਾਲ ਕੀ ਹੋਇਆ? ਪਰ ਯਾਰ ਤੂੰ ਤਾਂ ਮੈਨੂੰ ਪਿਆਰ ਕਰਦੀ ਸੀ, ਉਹ ਆ ਕੀ ਹੋ ਗਿਆ ਸਭ ਮੇਰੇ ਨਾਲ? ਪ੍ਰੀਤ ਤੁਸੀਂ ਚਿੰਤਾ ਨਾ ਕਰੋ, ਮੈਂ ਡਾਕਟਰ ਨਾਲ ਗੱਲ ਕੀਤੀ ਆ, ਉਹ ਤੁਹਾਡਾ ਓਪਰੇਟ ਛੇਤੀ ਕਰਾਂਗੇ ਤੇ ਤੁਸੀਂ ਠੀਕ ਵੀ ਹੋ ਜਾਓਗੇ। ਉਹ ਪਰ ਮੈਨੂੰ ਅੱਖਾਂ ਕੌਣ ਦਊਗਾ? ਮੈਂ ਦੇਵਾਂਗੀ, ਮੈਂ ਦੇਵਾਂਗੀ ਤੁਹਾਨੂੰ ਅੱਖਾਂ। ਇਹ ਕੀ ਬੋਲ ਰਹੀ ਆ ਤੂੰ? ਹਾਂ ਪ੍ਰੀਤ, ਬੇਸ਼ੱਕ ਤੁਸੀਂ ਮੈਨੂੰ ਆਪਣੀ ਕਦੇ ਨਾ ਸਮਝਿਆ ਹੋਵੇ, ਪਰ ਮੈਂ ਤੁਹਾਨੂੰ ਦਿਲੋਂ ਪਿਆਰ ਕੀਤਾ ਤੇ ਤੁਹਾਡੇ ਨਾਲ ਲਾਵਾਂ ਲਈਆਂ ਨੇ, ਤੇ ਉਹਨਾਂ ਲਾਵਾਂ ਦਾ ਮਤਲਬ ਇਹ ਹੈ ਕਿ ਹਰ ਸੁੱਖ ਦੁੱਖ ਤੇ ਤਕਲੀਫ 'ਚ ਮੈਂ ਹਮੇਸ਼ਾ ਤੁਹਾਡੇ ਨਾਲ ਰਵਾਂ। ਨਹੀਂ ਯਾਰ, ਤੂੰ ਆਪਣੀ ਜ਼ਿੰਦਗੀ ਮੇਰੇ ਪਿੱਛੇ ਕਿਉਂ ਬਰਬਾਦ ਕਰਨਾ ਚਾਹੁੰਦੀ ਆ? ਨਾਲੇ ਮੈਂ ਤੈਨੂੰ ਬਹੁਤ ਮਾੜਾ ਚੰਗਾ ਬੋਲਦਾ ਰਿਹਾ, ਇਹ ਉਸੇ ਦੀ ਸਜ਼ਾ ਦਿੱਤੀ ਆ ਰੱਬ ਨੇ ਮੈਨੂੰ, ਅਤੇ ਮੈਂ ਆਪਣੀ ਸਜ਼ਾ ਤੈਨੂੰ ਨਹੀਂ ਦੇਣਾ ਚਾਹੁੰਦਾ। ਬਸ ਤੂੰ ਮੈਨੂੰ ਮਾਫ਼ ਕਰ ਦੇ, ਕਿਉਂਕਿ ਮੈਂ ਭੁੱਲ ਗਿਆ ਸੀ ਪਿਆਰ ਸੂਰਤ ਨਾਲ ਨਹੀਂ ਸੀਰਤ ਨਾਲ ਹੁੰਦਾ।